सत श्री अकाल जी, असी थोड़ा स्वागत करते हैं साडे पॉडकास्ट एलीवेट 360 ਦੇ ਵਿੱਚ, ਜਿੱਥੇ ਆਪਾਂ ਇਹੋ ਜਿਹੇ ਟੌਪਿਕਸ ਦੇ ਉੱਤੇ ਗੱਲਬਾਤ ਕਰਦੇ ਹਾਂ ਜਿਹਦੇ ਨਾਲ ਆਪਾਂ ਮਾਈਂਡ, ਬਾਡੀ ਅਤੇ ਸੋਲ ਨੂੰ ਉੱਚਾ ਚੱਕ ਸਕੀਏ। ਅਤੇ ਅੱਜ ਮੈਂ ਗੱਲ ਕਰਨੀ ਆ ਲੀਡਰਸ਼ਿਪ ਦੇ ਲਾਅ ਦੇ ਉੱਤੇ, ਜਿਹਨੂੰ ਕਹਿੰਦੇ ਆ ਲਾਅ ਆਫ ਪ੍ਰੋਸੈਸ। ਆਪਾਂ ਦੇਖਾਂਗੇ ਵੀ ਇਸ ਲਾਅ ਦੇ ਨਾਲ ਕਿਵੇਂ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਬਦਲੀਆਂ ਅਤੇ ਕਿਵੇਂ ਆਪਾਂ ਉਸ ਰਸਤੇ ਦੇ ਉੱਤੇ ਤੁਰ ਕੇ ਓਨੇ ਮਹਾਨ ਬਣ ਸਕਦੇ ਹਾਂ। ਇਹ ਸ਼ੁਰੂ ਹੁੰਦਾ ਜੀ ਲੀਡਰਸ਼ਿਪ ਦਾ ਲਾਅ ਆਫ ਪ੍ਰੋਸੈਸ। ਅਤੇ ਹਾਂਜੀ, ਸ਼ੁਰੂ ਕਰਦੇ ਹਾਂ ਲੀਡਰਸ਼ਿਪ ਦਾ ਇਹ ਲਾਅ। ਕਹਿੰਦੇ ਲੀਡਰਸ਼ਿਪ ਦੀ ਜਿਹੜੀ ਕੁਆਲਿਟੀ ਆ ਉਹ ਕਦੇ ਵੀ ਓਵਰਨਾਈਟ ਜਾਂ ਇੱਕ ਦਿਨ ਦੇ ਵਿੱਚ ਸਿੱਖੀ ਨਹੀਂ ਜਾਂਦੀ। ਇਹਦੇ ਲਈ ਤੁਹਾਨੂੰ ਹਰ ਰੋਜ਼ ਇਹ ਸਕਿੱਲ ਆ ਜਿਹੜੀ ਡਿਵੈਲਪ ਕਰਨੀ ਪੈਂਦੀ ਆ। ਹੁਣ ਜਿਵੇਂ ਆਪਾਂ ਖਿਡਾਰੀ ਦੇਖਦੇ ਹਾਂ, ਉਹ ਮੈਦਾਨ ਦੇ ਵਿੱਚ ਤੁਸੀਂ ਅੱਜ ਦੇਖ ਰਹੇ ਹੋ, ਪਰ ਉਹ ਕਿੰਨੇ ਟਾਈਮ ਤੋਂ ਮਿਹਨਤ ਕਰ ਰਿਹਾ ਇਹ ਉਸ ਖਿਡਾਰੀ ਨੂੰ ਪਤਾ। ਵੀ ਉਸੇ ਤਰ੍ਹਾਂ ਇਹ ਸਕਿੱਲ ਹੈ, ਜਿੰਨੀ ਛੇਤੀ ਤੁਸੀਂ ਲੱਗ ਜਾਓਗੇ ਓਨੀ ਹੀ ਤੁਹਾਡੇ ਲਈ ਇਹ ਜ਼ਿਆਦਾ ਵਧੀਆ ਹੋਊਗਾ। ਸਟੋਰੀ ਤੋਂ ਸ਼ੁਰੂ ਕਰਦੇ ਹਾਂ ਜੀ। ਐਨੇ ਸਕੀਬਰ ਨਾਮ ਦੀ ਔਰਤ 101 ਸਾਲਾਂ ਦੀ ਹੋ ਕੇ 1995 ਦੇ ਵਿੱਚ ਮਨਹੈਟਨ 'ਚ ਉਹਦੀ ਡੈਥ ਹੁੰਦੀ ਆ। ਅਤੇ ਉੱਥੇ ਉਹ ਬੜੇ ਇੱਕ ਛੋਟੇ ਜਿਹੇ ਸਟੂਡੀਓ ਟਾਈਪ ਅਪਾਰਟਮੈਂਟ ਦੇ ਵਿੱਚ ਰਹਿ ਰਹੀ ਸੀਗੀ। ਅਤੇ ਜਾਣੀ ਉਹਦੇ ਹਾਲਾਤ ਬੜੇ ਮਾੜੇ ਸੀ, ਉਹਦੇ ਘਰ ਦਾ ਜਿਹੜਾ ਪੇਂਟ ਆ ਉਹ ਉੱਤਰ ਰਿਹਾ ਸੀ ਅਤੇ ਫਰਨੀਚਰ ਬਹੁਤ ਮਾੜਾ ਸੀ, ਜਾਣੀ ਉੱਤੇ ਤੁਸੀਂ ਲਾ ਲਓ ਵੀ ਧੂੜ ਮਿੱਟੀ ਜੰਮੀ ਹੋਈ ਸੀ। ਵੀ ਬੜੇ ਮਾੜੇ ਹਾਲਾਤਾਂ 'ਚ ਉਹਨੇ ਆਪਦੀ ਜਿਹੜੀ ਜ਼ਿੰਦਗੀ ਦਾ ਗੁਜ਼ਾਰਾ ਕੀਤਾ। ਅਮੈਰੀਕਾ ਦੇ ਵਿੱਚ ਉਹ ਰਹਿੰਦੀ ਸੀ ਅਤੇ ਉੱਥੇ ਸੋਸ਼ਲ ਸਿਕਿਉਰਿਟੀ ਨਾਮ ਦੀ ਇੱਕ ਚੀਜ਼ ਹੁੰਦੀ ਵੀ ਜਿਵੇਂ ਪੈਨਸ਼ਨ ਮਿਲਦੀ ਆ ਬਜ਼ੁਰਗਾਂ ਨੂੰ, ਉਹ ਉਹਨੂੰ ਮਿਲ ਰਹੀ ਸੀ। ਅਤੇ 1943 ਦੇ ਵਿੱਚ ਜਦੋਂ ਉਹ ਕੰਮ ਤੋਂ ਰਿਟਾਇਰ ਹੋਈ, ਉਹ ਇੱਕ ਆਡੀਟਰ ਦਾ ਕੰਮ ਕਰਦੀ ਸੀਗੀ IRS ਡਿਪਾਰਟਮੈਂਟ ਦੇ ਵਿੱਚ ਅਮੈਰੀਕਾ 'ਚ, ਅਤੇ ਉੱਥੋਂ ਉਹਨੂੰ ਜਿਹੜੀ ਪੈਨਸ਼ਨ ਮਿਲਣ ਲੱਗ ਗਈ। ਅਤੇ ਜੋਬ 'ਤੇ ਵੀ ਉਹਨੇ ਕੋਈ ਜ਼ਿਆਦਾ ਸਿਗਨੀਫਿਕੈਂਟ ਰੋਲ ਪਲੇ ਨਹੀਂ ਕੀਤਾ ਗਾ, ਜਿਵੇਂ ਉਹਦੇ ਕੋਲ ਲਾਅ ਦੀ ਡਿਗਰੀ ਸੀ। ਵੀ ਪੜ੍ਹਨ 'ਚ ਚੰਗੀ ਸੀ, ਉਹਦੇ ਬਾਵਜੂਦ ਵੀ ਉਹਨੂੰ ਕੋਈ ਜ਼ਿਆਦਾ ਪ੍ਰਮੋਸ਼ਨ ਨਹੀਂ ਮਿਲੇ। ਅਤੇ ਉਦੋਂ ਉਹ ਸਲਾਨਾ $3200 ਅਮੈਰੀਕਨ ਕਮਾ ਰਹੀ ਸੀ, ਅਤੇ ਜਿਹੜਾ ਇੱਕ ਵਧੀਆ ਜ਼ਿੰਦਗੀ ਬਸਰ ਕਰਨ ਦੇ ਲਈ ਜ਼ਿਆਦਾ ਨਹੀਂ ਸੀ, ਤਾਂ ਕਰਕੇ ਉਹਦੇ ਉਹ ਹਾਲਾਤ ਉਸ ਤਰ੍ਹਾਂ ਦੇ ਸੀਗੇ। ਅਤੇ ਉਹਦੇ ਇੱਕ ਜਾਣਕਾਰ ਨੇ ਦੱਸਿਆ ਵੀ ਉਹਨੇ ਕਦੇ ਆਪਦੇ 'ਤੇ ਪੈਸਾ ਸਪੈਂਡ ਨਹੀਂ ਕੀਤਾ, ਵੀ ਫਰਨੀਚਰ ਲਾ ਲਓ, ਕੱਪੜੇ ਲੀੜੇ ਲਾ ਲਓ, ਖਾਣ ਪੀਣ ਲਾ ਲਓ, ਘੁੰਮਣ ਫਿਰਨ ਦੇਖੀਏ। ਵੀ ਉਹ ਹਮੇਸ਼ਾ ਬੜੇ ਲੋਅ ਸਕੇਲ ਦੇ ਉੱਤੇ ਉਹਨੇ ਜ਼ਿੰਦਗੀ ਹੈ ਜਿਹੜੀ ਆਪਦੀ ਕੱਟੀ। ਹੁਣ ਇਹ ਸਟੋਰੀ ਦਾ ਅਗਲਾ ਪਾਸਾ ਇਹ ਹੈ ਵੀ ਉੱਥੇ ਨਿਊਯਾਰਕ ਦੇ ਵਿੱਚ ਇੱਕ ਯੂਨੀਵਰਸਿਟੀ ਸੀਗੀ, ਯਾਸ਼ਿਕਾ ਯੂਨੀਵਰਸਿਟੀ, ਅਤੇ ਉੱਥੇ ਦਾ ਪ੍ਰੈਜ਼ੀਡੈਂਟ ਉਹ ਹੈਰਾਨ ਹੋ ਗਿਆ ਜਦੋਂ ਇਸ ਔਰਤ ਦੀ ਡੈਥ ਹੋਈ। ਤਾਂ ਇਹਦੀ ਵਿੱਲ ਪੜ੍ਹੀ ਗਈ, ਤਾਂ ਇਸ ਵਿੱਲ ਦੇ ਵਿੱਚ ਲਿਖਿਆ ਸੀ ਕਿ 22 million ਦੀ ਅਸਟੇਟ ਉਹਨੇ ਉਸ ਯੂਨੀਵਰਸਿਟੀ ਨੂੰ ਛੱਡਤੀ। ਨਾ ਤਾਂ ਉਹ ਉਸ ਯੂਨੀਵਰਸਿਟੀ ਦੇ ਵਿੱਚ ਕਦੇ ਪੜ੍ਹੀ, ਨਾ ਉਹਦਾ ਕੋਈ ਵਾਹ ਵਾਸਤਾ, ਅਤੇ ਇੱਕ ਬੜੇ ਛੋਟੇ ਜਿਹੇ ਸਟੂਡੀਓ ਅਪਾਰਟਮੈਂਟ ਦੇ ਵਿੱਚ ਰਹਿਣ ਵਾਲੀ ਔਰਤ ਨੇ ਐਡਾ ਵੱਡਾ ਕੰਮ ਕਿਵੇਂ ਕਰਤਾ। ਵੀ ਜਾਣੀ ਉਸ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਬਈ ਇਹ ਕਿਵੇਂ ਹੋ ਸਕਦਾ। ਹੁਣ ਇਸ ਗੱਲ ਦਾ ਆਨਸਰ ਇਹ ਹੈ ਬਈ 1942 'ਚ ਰਿਟਾਇਰ ਹੋਈ, ਅਤੇ 1950 ਤੱਕ ਉਹਨੇ ਕਿਸੇ ਤਰੀਕੇ $5,000 ਆ ਜਿਹੜਾ ਸੇਵ ਕਰ ਲਿਆ। ਵੀ ਜਾਣੀ ਇੱਕ ਹਿਸਾਬ ਨਾਲ ਉਹਦੀ ਔਸਤਨ 2 ਸਾਲਾਂ ਦੀ ਕਮਾਈ ਉਹਨੇ ਕਿਸੇ ਨਾ ਕਿਸੇ ਤਰੀਕੇ ਸੇਵ ਕਰ ਲਈ। ਅਤੇ ਉਹ ਵਾਲ ਸਟਰੀਟ ਜਰਨਲ ਜ਼ਰੂਰ ਪੜ੍ਹਦੀ ਹੁੰਦੀ ਸੀ, ਉਹਨੇ ਕੰਜੂਸ ਹੋਣ ਕਰਕੇ ਔਰਤ ਨੇ ਆਪਦੇ ਘਰੇ ਦਾ ਅਖਬਾਰ ਨਹੀਂ ਲਵਾਇਆ ਸੀ, ਪਰ ਉਹ ਹਫ਼ਤੇ 'ਚ ਇੱਕ ਵਾਰੀ ਲਾਇਬ੍ਰੇਰੀ ਜ਼ਰੂਰ ਜਾਂਦੀ। ਅਤੇ ਜਦੋਂ ਉਹਨੇ $5,000 ਸੇਵ ਕੀਤਾ, ਅਤੇ ਉਹਨੇ ਵਾਈਜ਼ਲੀ ਆ ਜਿਹੜਾ ਉਹ 5,000 ਇੱਕ ਐਸੀ ਕੰਪਨੀ ਦੇ ਵਿੱਚ ਇਨਵੈਸਟ ਕਰਤਾ, ਉਹਦੇ ਉਹਨੇ 1,000 ਕੁ ਸ਼ੇਅਰ ਖਰੀਦ ਲਏ ਉਦੋਂ 5,000 ਦੇ। ਅਤੇ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਉਹ 1,000 ਸ਼ੇਅਰ ਤਕਰੀਬਨ $8 million ਦੇ ਨੇ, ਅਤੇ ਉਹ 1,000 ਦੇ 10,000 ਸ਼ੇਅਰ ਜਾਣੀ ਉਹਦੇ ਕੋਲ ਬਣ ਗਏ। ਉਹਦੇ ਕੋਲ ਜਿਹੜਾ ਡਿਵੀਡੈਂਡਸ ਆਉਂਦੇ ਸੀਗੇ ਹੋਰ ਸ਼ੇਅਰਾਂ ਤੋਂ ਜਾਂ ਉਹਨਾਂ ਤੋਂ, ਉਹ ਉਹਨਾਂ ਨੂੰ ਰੀਇਨਵੈਸਟ ਕਰਦੀ। ਜਾਣੀ ਉਹਨੇ ਲੌਂਗ ਹੌਲ ਸੋਚਿਆ ਹੋਇਆ ਸੀ ਵੀ ਮੈਂ ਛੋਟੇ 'ਤੇ ਨਹੀਂ ਸੈਟਲ ਹੋਣਾ ਗਾ। ਜਿਵੇਂ ਬਹੁਤ ਲੋਕਾਂ ਨੂੰ ਜਦੋਂ ਥੋੜ੍ਹਾ ਜਿਹਾ ਪ੍ਰੋਫਿਟ ਹੁੰਦਾ ਆਪਾਂ ਕਹਿੰਦੇ ਹਾਂ ਵੀ ਚਲੋ ਹੁਣ ਆਪਾਂ ਸੈਲ ਕਰ ਦਈਏ, ਆਪਾਂ ਆਪਦਾ ਪ੍ਰੋਫਿਟ ਕਢਾਈਏ ਅਤੇ ਕੁਛ ਹੋਰ ਕਰੀਏ, ਆਪਦਾ ਲਾਈਫ ਸਟਾਈਲ ਅਪ ਕਰ ਲਈਏ। ਪਰ ਉਹਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਉੱਠ ਕੇ ਉਹਨੂੰ ਪਤਾ ਸੀ ਮੈਂ ਲੌਂਗ ਇਨਵੈਸਟਿੰਗ ਕਰਨੀ ਆ, ਡਜ਼ਨਟ ਮੈਟਰ ਕੋਈ ਸ਼ੇਅਰ ਅਪ ਜਾ ਰਿਹਾ ਕੋਈ ਡਾਊਨ ਜਾ ਰਿਹਾ, ਵੀ ਮੈਨੂੰ ਫਰਕ ਨਹੀਂ ਪੈਂਦਾ, ਮੈਂ ਲੰਬਾ ਸੋਚਿਆ। ਉਹਨੇ ਜਦੋਂ ਇਸ ਤਰੀਕੇ ਨਾਲ ਸੋਚਿਆ, ਉਹਨੇ ਇਨਵੈਸਟਿੰਗ ਦੇ ਵਿੱਚ, ਫਾਈਨੈਂਸ ਦੇ ਵਿੱਚ ਲਾਅ ਆਫ ਪ੍ਰੋਸੈਸ ਨੂੰ ਜਿਹੜਾ ਸਮਝ ਲਿਆ ਸੀ, ਫਿਗਰ ਆਊਟ ਕਰ ਲਿਆ ਸੀ, ਤਾਂ ਕਰਕੇ ਉਹ ਇੱਦਾਂ ਦੇ ਡਿਸੀਜਨ ਲੈ ਪਾਈ, ਐਡੀ ਵੱਡੀ ਵੈਲਥ ਉਹਨੇ ਬਣਾਈ। ਹੁਣ ਲੀਡਰਸ਼ਿਪ ਇਸ ਤਰ੍ਹਾਂ ਹੁੰਦਾ ਜਿਵੇਂ ਤੁਸੀਂ ਕੰਪਾਊਂਡ ਦੇ ਵਿੱਚ ਇਨਵੈਸਟ ਕਰਦੇ ਹੋ। ਹੁਣ ਕੰਪਾਊਂਡਿੰਗ ਕਿਵੇਂ ਹੁੰਦੀ ਹੈ, ਹੁਣ ਜਿਹੜੇ ਲੋਕਾਂ ਨੂੰ ਪਤਾ ਵੀ ਇੱਕ ਇੱਦਾਂ ਦਾ ਟਾਈਮ ਆਉਂਦਾ ਵੀ ਜਿਹੜਾ ਤੁਹਾਡਾ ਇੰਟਰਸਟ ਹੈ ਉਹ ਪ੍ਰਿੰਸੀਪਲ ਅਮਾਊਂਟ ਤੋਂ ਵੱਧ ਜਾਂਦਾ। ਬਟ ਇਹਦੇ 'ਚ ਕੀ ਪੁਆਇੰਟ ਇਹ ਹੁੰਦਾ ਵੀ ਤੁਹਾਨੂੰ ਇਨਵੈਸਟ ਰੈਗੂਲਰਲੀ ਕਰਨਾ ਪੈਂਦਾ। ਆਏ ਨਹੀਂ ਹੈਗਾ ਵੀ ਐਤਕੀ ਮਹੀਨੇ ਆਹ ਮਹੀਨੇ ਕਰਤਾ ਅਗਲੇ ਮਹੀਨੇ ਨਹੀਂ ਕੀਤਾ, ਪਰ ਜਦੋਂ ਤੁਸੀਂ ਰੈਗੂਲਰਲੀ ਇਨਵੈਸਟ ਕਰਦੇ ਹੋ ਵੀ ਕੰਪਾਊਂਡਿੰਗ ਇਫੈਕਟ ਇੱਕ ਟਾਈਮ ਦੇ ਉੱਤੇ ਪ੍ਰਿੰਸੀਪਲ ਤੋਂ ਵੀ ਵੱਡਾ ਹੋ ਜਾਂਦਾ ਇੰਟਰਸਟ ਜਿਹੜਾ ਤੁਹਾਡਾ। ਕਹਿੰਦੇ ਜਦੋਂ ਤੁਸੀਂ ਆਪਣੇ ਆਪ ਦੇ ਉੱਤੇ ਰੋਜ਼ ਕੰਮ ਕਰਦੇ ਹੋ, ਤੁਸੀਂ ਆਪਣੇ ਆਪ ਨੂੰ ਇਹ ਕਹਿੰਦੇ ਵੀ ਮੈਂ ਰੋਜ਼ 1% ਦਾ ਵਧੀਆ ਹੋਣਾ ਹੀ ਹੋਣਾ, ਤਾਂ ਇਹ ਕੰਪਾਊਂਡਿੰਗ ਤੁਹਾਨੂੰ ਕੁਛ ਟਾਈਮ ਬਾਅਦ
बाद दिखन लगती है, कुछ साल बाद दिखन लगती है भी जदों तुसी इन्ना क ज़्यादा सीख जाने हो, जे तुसी लुक बैक करते हो अपने पास्ट के उत्ते, दैन यू विल सी भी तुसी उदों किद्दां दे इंसान सी, किवें दे तुसी डिसीजन लैंदे सीगे। बई इट्स सेम एज कंपाउंडिंग, बई आपदे उत्ते तुसी इनवैसट करना, बस आपदी तुसी परसनल ग्रोथ के उत्ते इनवैसट करना, क्योंकि ये जिहड़ियां क्वालिटीज़ ने ये आपां सारियां ग्रैब कर सकते हैं। हुण जिहड़े बंदे ने आ किताब लिखी है, हुण ये बंदा कहिंदा भी जदों मैं अक्सर सैमीनारां दे विच जाना ते अक्सर मैनू लोक ये कह दिंदे ने भी लीडर्स आर बोर्न, तो कहना मैं हस के ये गल का जवाब दिना भी मैं हजे उस लोगों मिलना जा वो बंदियां नू मिलना भी जेड़े पैदा नहीं हुए, भी पैदा तो सारे ही पैदा होंगे ने, पर आपां एक फ्रेज बनाता तो उस बाद फिट हो जाने, तो आपां नू लगता भी सिर्फ कुछ क लोगों लीडरशिप पोजिशनज़ बनिया ने, कुछ क लोग ही लीडर हो सकते हैं, इदा नहीं आ। लीडरशिप एक क्वालिटी आ, इहनू जां तां तुसीं पोजेस करदे हो जां नहीं करदे, इहदे च इह कोई गल नहीं हैगी बई इह पहलां तों ही कोई बोर्न ही लीडर सीगा, इदां नहीं आ। इट्स जस्ट अबाउट द क्वालिटी। तो अगली गल आउंदी आ भी हाँ, कई लोगों जन्म तो ही कुछ क्वालिटीज़ होंदियां ने पर उन्हां नू नखारनियां पैंदियां ने, आए नहीं हैगा भी जिहड़े तुसीं लीडर जिन्ने भी ने जे तुसीं उन्हां नू मिलोगे देखोगे उन्हां दा लाइफ स्टाइल की आ। एक बंदे ने यह कॉमेंट किया सी, कहिंदा तुसीं किसी की सक्सैस देखनी है ना, तुसीं उहदा रूटीन देखो, डेली रूटीन देखो, ਉਹਦੇ ਡਿਸਿਪਲਨਸ ਕੀ ਨੇ, ਉਹ ਕੀ ਕੀ ਕਰਦਾ, ਕਿਵੇਂ ਕਿਵੇਂ ਕਰਦਾ, ਦੈਨ ਯੂ ਵਿਲ ਗੈਟ ਟੂ ਨੋ ਅਬਾਊਟ ਹਿਸ ਸਕਸੈਸ। ਹੁਣ ਜਿਵੇਂ ਆਪਾਂ ਗੱਲ ਕੀਤੀ ਆ ਵੀ ਤੁਹਾਨੂੰ ਸਿੱਖਣ ਦੀ ਜਿਹੜੀ ਤੁਹਾਡੇ 'ਚ ਇੱਛਾ ਹੋਣੀ ਚਾਹੀਦੀ ਆ ਵੀ ਮੈਂ ਸਿੱਖਣਾ, ਮੈਂ ਬਣ ਸਕਦਾ, ਆਈ ਕੈਨ ਡੂ ਐਨੀਥਿੰਗ, ਅਤੇ ਇਹੀ ਅਗਲਾ ਇਹਦਾ ਪਾਠ ਹੈ। ਕਹਿੰਦੇ ਲੀਡਰਸ ਆ ਜਿਹੜੇ, ਲੀਡਰਸ ਆਰ ਲਰਨਰਸ, ਲੀਡਰ ਸਿੱਖਣ ਲਈ ਹਮੇਸ਼ਾ ਤਿਆਰ ਹੁੰਦੇ ਨੇ, ਉਹ ਕਦੇ ਇਹ ਨਹੀਂ ਕਹਿੰਦੇ ਵੀ ਮੈਨੂੰ ਪਤਾ, ਉਹ ਆਖਰੀ ਦਮ ਤੱਕ ਸਿੱਖਦੇ ਰਹਿੰਦੇ ਨੇ, ਜਿੱਥੋਂ ਵੀ ਉਹਨਾਂ ਨੂੰ ਸਿੱਖਣ ਲਈ ਕੁਛ ਵੀ ਮਿਲਦਾ ਦੇ ਆਰ ਰੈਡੀ। ਅਤੇ ਇਹੀ ਚੀਜ਼ ਲੀਡਰਸ ਨੂੰ ਫੋਲੋਅਰਸ ਨਾਲੋਂ ਅੱਡ ਕਰਦੀ ਹੈ, ਵੱਖਰਾ ਬਣਾਉਂਦੀ ਹੈ, ਵੀ ਉਹ ਸਿੱਖਦੇ ਰਹਿੰਦੇ ਨੇ, ਉਹ ਕਦੇ ਵੀ ਆਪਦੀ ਜਿਹੜੀ ਸਿੱਖਣ ਦੀ ਸ਼ਮਤਾ ਉਹਦੇ 'ਤੇ ਕੈਪ ਨਹੀਂ ਲਾਉਂਦੇ, ਕਦੇ ਨਹੀਂ ਆਏ ਕਹਿੰਦੇ ਮੈਨੂੰ ਸਾਰਾ ਕੁਛ ਪਤਾ। ਜੇ ਉਹਨਾਂ ਨੂੰ ਕੋਈ ਕਹਿ ਦੂਗਾ ਇੱਥੇ ਤੁਸੀਂ ਗਲਤ ਹੋ, ਉਹ ਤੁਹਾਡੀ ਗੱਲ ਸੁਣਨਗੇ, ਅਤੇ ਜੇ ਚੇਂਜ ਹੋਣ ਦੀ ਗੱਲ ਹੋਈ ਚੇਂਜ ਹੋਣਗੇ। ਹੁਣ ਲੀਡਰਸ਼ਿਪ ਦੇ ਚਾਰ ਫੇਸ ਹੁੰਦੇ ਨੇ ਗਰੋਥ ਦੇ, ਜੇ ਤੁਹਾਡੇ 'ਚ ਕੁਆਲਿਟੀਜ਼ ਤੁਸੀਂ ਲੀਡਰਸ਼ਿਪ ਦੀਆਂ ਬਿਲਡ ਕਰਨੀਆਂ, ਅਤੇ ਹਰੇਕ ਬੰਦਾ ਇਹ ਚਾਰ ਫੇਸਿਸ ਦੇ ਵਿੱਚੋਂ ਲੰਘਦਾ। ਬਹੁਤ ਲੋਕ ਪਹਿਲੇ ਫੇਸ 'ਚ ਹੀ ਹੁੰਦੇ ਨੇ, ਕਈ ਦੂਜੇ ਤੱਕ ਪਹੁੰਚਦੇ ਨੇ, ਪਰ ਤੁਸੀਂ ਪੂਰੇ ਲੀਡਰ ਬਣਨ ਲਈ ਯੂ ਹੈਵ ਟੂ ਗੋ ਫਰੋਮ ਦੀਜ਼ ਫੇਸਿਸ। ਪਹਿਲਾ ਫੇਸ ਹੈ ਫੇਜ਼ 1, ਆਈ ਡੋਂਟ ਨੋ ਵਟ ਆਈ ਡੋਂਟ ਨੋ, ਵੀ ਮੈਨੂੰ ਨਹੀਂ ਪਤਾ ਮੈਨੂੰ ਕੀ ਨਹੀਂ ਪਤਾ। ਹੁਣ ਜਿਵੇਂ ਤੁਸੀਂ ਕਦੇ ਉਹ ਚੀਜ਼ ਕਰ ਹੀ ਨਹੀਂ ਸਕਦੇ ਜਿਹੜੀ ਤੁਹਾਨੂੰ ਪਤਾ ਹੀ ਨਹੀਂ ਹੈਗੀ ਵੀ ਇਹ ਚੀਜ਼ ਇੱਦਾਂ ਕੀਤੀ ਜਾ ਸਕਦੀ ਆ। ਸੋ ਇਹ ਪਹਿਲਾ ਫੇਸ ਆ ਵੀ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਉਹ ਕੀ ਕਰ ਸਕਦੇ ਨੇ, ਅਤੇ ਇਹ ਇੱਕ ਬਹੁਤ ਮਾੜੀ ਗੱਲ ਹੈ, ਕਿਉਂਕਿ ਜੇ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਗਰੋ ਹੋਣਾ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਮੈਨੂੰ ਆਹ ਨੌਲੇਜ ਨਹੀਂ ਹੈਗੀ। ਇੱਦਾਂ ਹੀ ਇੱਕ ਵਾਰੀ ਕਾਲਜ ਪ੍ਰੈਜ਼ੀਡੈਂਟ ਨੇ ਇੱਕ ਗੱਲ ਸਾਂਝੀ ਕੀਤੀ, ਕਹਿੰਦਾ ਕਾਲਜ ਦੇ ਵਿੱਚ ਹਰ ਸਾਲ ਫ੍ਰੀ ਸੈਮੀਨਾਰ ਕਰਾਇਆ ਜਾਂਦਾ ਹਾਊ ਟੂ ਬੀ ਅ ਲੀਡਰ, ਕਹਿੰਦਾ ਉਹ ਫ੍ਰੀ ਹੁੰਦਾ ਪਰ ਫਿਰ ਵੀ ਉਹ 'ਚ ਬਹੁਤ ਘੱਟ ਲੋਕ ਆ ਜਿਹੜੇ ਇੰਟਰਸਟ ਦਿਖਾਉਂਦੇ ਨੇ, ਜਿਹੜੇ ਸਾਈਨ ਅਪ ਕਰਦੇ ਨੇ ਦੈਟ ਵੀ ਆਰ ਰੈਡੀ ਟੂ ਲਰਨ ਦਿਸ। ਇੱਦਾਂ ਕਿਉਂ ਆ, ਸਾਰੇ ਲੋਕ ਕਿਉਂ ਨਹੀਂ ਕਰ ਸਕਦੇ ਜਦੋਂ ਹੈਗਾ ਹੀ ਫ੍ਰੀ ਆ? ਵੀ ਲੋਕਾਂ ਕੋਲ ਜਿਹੜੇ ਸਟੂਡੈਂਟਸ ਨੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਦੈਟ ਵਟ ਦੇ ਕੈਨ ਡੂ ਇਫ ਦੇ ਆਰ ਦੀ ਲੀਡਰਸ, ਇਫ ਦੇ ਹੈਵ ਦੀ ਕੁਆਲਿਟੀਜ਼ ਆਫ ਦੀ ਲੀਡਰਸ, ਅਤੇ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਸਿੱਖਣਾ ਕੀ ਆ। ਈਵਨ ਦੋ ਕਹਿੰਦਾ ਹੋ ਸਕਦਾ ਵੀ ਜਦੋਂ ਉਸ ਪ੍ਰੈਜ਼ੀਡੈਂਟ ਨੇ ਗੱਲ ਦੱਸੀ ਵੀ ਜਦੋਂ ਤੁਸੀਂ ਉਸ ਕਲਾਸ 'ਚ ਬੈਠੇ, ਵੈਨ ਯੂ ਇੰਸਪਾਇਰ ਸਮ ਅਦਰ ਫੈਲੋ ਸਟੂਡੈਂਟਸ, ਤਾਂ ਹੋ ਸਕਦਾ ਤੁਹਾਡੇ ਦੇ ਵਿੱਚ ਜਿਹੜਾ ਸਪਾਰਕ ਹੈ ਵੀ ਯਾਰ ਮੈਂ ਲੋਕਾਂ ਨੂੰ ਇੰਸਪਾਇਰ ਕਰ ਸਕਦਾ, ਮੈਂ ਲੋਕਾਂ ਨੂੰ ਲੀਡ ਕਰ ਸਕਦਾ, ਕਹਿੰਦਾ ਉਸ ਜਿਹੜਾ ਇੱਕ ਨਿੱਕਾ ਜਿਹਾ ਸਪਾਰਕ ਆ ਹੋ ਸਕਦਾ ਉਹ ਫਲੇਮ ਬਣ ਜੇ, ਪਰ ਜੇ ਤੁਸੀਂ ਉਸ ਸੈਮੀਨਾਰ ਦੇ ਅੰਦਰ ਹੀ ਨਹੀਂ ਗਏ ਦੈਨ ਯੂ ਵੋਂਟ ਗੈਟ ਟੂ ਨੋ। ਇਹ ਤਾਂ ਆ ਗਿਆ ਪਹਿਲਾ ਫੇਸ ਵੀ ਆਈ ਡੋਂਟ ਨੋ ਵਟ ਆਈ ਡੋਂਟ ਨੋ। ਹੁਣ ਦੂਜਾ ਫੇਸ ਆ ਗਿਆ, ਕਹਿੰਦੇ ਆਪਣੇ 'ਚ ਵੀ ਕਦੇ ਕਦੇ ਲਾਈਫ ਦੇ ਵਿੱਚ ਇੱਦਾਂ ਦੇ ਸਨੈਰੀਓ ਆਉਂਦੇ ਆ, ਇੱਦਾਂ ਦੇ ਪਾਰਟ ਆਉਂਦੇ ਆ ਵੀ ਜਦੋਂ ਆਪਾਂ ਨੂੰ ਲੀਡਰ ਬਣਾ ਦਿੱਤਾ ਜਾਂਦਾ ਜਾਂ ਆਪਾਂ ਉਸ ਪਲੇਸ ਦੇ ਉੱਤੇ ਖੜ ਜਾਂਦੇ ਹਾਂ ਵੀ ਆਪਾਂ ਨੂੰ ਇੱਕ ਲੀਡਰ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ, ਕਹਿੰਦੇ ਉਦੋਂ ਬੰਦਾ ਸਿੱਖਦਾ ਵੀ ਯਾਰ ਮੈਨੂੰ ਕੀ ਸਿੱਖਣ ਦੀ ਲੋੜ ਹੈ, ਅਤੇ ਇੱਥੋਂ ਹੀ ਜਿਹੜਾ ਪ੍ਰੋਸੈਸ ਆ ਉਹ ਸਟਾਰਟ ਹੁੰਦਾ। ਜਿਹੜੇ ਬੰਦੇ ਇੱਥੇ ਕੌਨਸ਼ੀਅਸ ਡਿਸੀਜਨਸ ਲੈਂਦੇ ਨੇ ਉਹ ਤਾਂ ਅਗਲੀਆਂ ਸਟੇਜਿਸ 'ਤੇ ਜਾਂਦੇ ਨੇ, ਕਈ ਬੰਦੇ ਇੱਥੋਂ ਥੱਲੇ ਨੂੰ ਆ ਜਾਂਦੇ ਨੇ ਵੀ ਉਹ ਕਹਿੰਦੇ ਉਹ ਹੋਵੇ ਤਾਂ ਬਹੁਤ ਔਖਾ ਕੰਮ ਹੈ, ਮੇਰੇ ਵੱਸ ਦੀ ਗੱਲ ਨਹੀਂ ਹੈਗੀ। ਪਰ ਕਈ ਬੰਦੇ ਦੇਖਦੇ ਨੇ ਯਾਰ ਵੀ ਇੰਨਾ ਕੁ ਵੀ ਨਹੀਂ ਮੈਂ ਕਰ ਸਕਦਾ, ਵੀ ਮੈਨੂੰ ਸਿੱਖਣ ਦੀ ਲੋੜ ਆ। ਇੱਦਾਂ ਇੰਗਲਿਸ਼ ਪ੍ਰਾਈਮ ਮਿਨਿਸਟਰ ਸੀਗਾ ਬੈਂਜੇਮਨ ਡਿਜ਼ਰੇਲੀ, ਕਹਿੰਦਾ ਇਫ ਯੂ ਆਰ ਟੂ ਬੀ ਕੌਨਸ਼ੀਅਸ ਦੈਟ ਯੂ ਆਰ ਇਗਨੋਰੈਂਟ ਆਫ ਦੀ ਫੈਕਟਸ।
ਇਟਸ ਅ ਗ੍ਰੇਟ ਸਟੈਪ ਟੂ ਦੀ ਨੌਲੇਜ ਬਈ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਕਿਹੜੀਆਂ ਚੀਜ਼ਾਂ ਇਗਨੋਰ ਕਰ ਰਹੇ ਹੋ ਜੋ ਤੁਸੀਂ ਸੋਚਦੇ ਹੋ ਉਹ ਬਹੁਤ ਵੱਡਾ ਸਟੈਪ ਆ ਇੱਕ ਟੂਵਰਡਸ ਨੌਲੇਜ ਤੇ ਔਥਰ ਕਹਿੰਦਾ ਵੀ ਮੇਰੇ ਨਾਲ ਵੀ ਸੇਮ ਗੱਲ ਹੋਈ 1970 ਦੀ ਗੱਲ ਆ ਕਹਿੰਦਾ ਮੈਨੂੰ ਲੀਡਰਸ਼ਿਪ ਪੋਜੀਸ਼ਨ ਦੇ ਉੱਤੇ ਆਉਣਾ ਪੈ ਗਿਆ ਜਿਵੇਂ ਕੁਛ ਸਿਚੁਏਸ਼ਨ ਇੱਦਾਂ ਦੀ ਬਣ ਗਈ ਵੀ ਮੈਨੂੰ ਐਜ਼ ਆ ਲੀਡਰ ਐਕਟ ਕਰਨਾ ਪਿਆ ਤੇ ਕਹਿੰਦਾ ਮੈਨੂੰ ਲੱਗਦਾ ਸੀ ਵੀ ਮੈਂ ਤਾਂ ਸ਼ੁਰੂ ਤੋਂ ਲੀਡਰ ਹਾਂ ਕਹਿੰਦਾ ਕਿਉਂਕਿ ਮੈਂ ਆਪਦੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਸਪੋਰਟਸ ਟੀਮਸ ਨੂੰ ਕੈਪਟਨ ਕੀਤਾ ਸੀਗਾ ਤੇ ਮੈਂ ਆਪਣੇ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਵਾ ਕਾਲਜ ਦਾ ਉਹ ਰਿਹਾ ਸੀ ਤੇ ਕਹਿੰਦਾ ਮੈਨੂੰ ਆਈ ਵਾਜ਼ ਥਿੰਕਿੰਗ ਦੈਟ ਆਈ ਐਮ ਆਲਰੇਡੀ ਅ ਲੀਡਰ ਇਟਸ ਨੋਟ ਅ ਬਿਗ ਡੀਲ ਤੇ ਕਹਿੰਦਾ ਪਰ ਜਦੋਂ ਮੈਂ ਉਸ ਸਿਚੁਏਸ਼ਨ ਦੇ ਵਿੱਚ ਆਇਆ ਤੇ ਮੈਂ ਦੇਖਿਆ ਵੀ ਕਿੱਡਾ ਔਫੁਲ ਟਰੁੱਥ ਮੇਰੇ ਸਾਹਮਣੇ ਆਇਆ ਭਿਆਨਕ ਸੱਚ ਮੇਰੇ ਸਾਹਮਣੇ ਆਇਆ ਬਈ ਮੈਂ ਕੁਛ ਵੀ ਨਹੀਂ ਕਰ ਪਾ ਰਿਹਾ ਮੈਂ ਤਾਂ ਸਿਰਫ ਇੱਕ ਵਹਿਮ ਦੇ ਵਿੱਚ ਸੀਗਾ ਕਹਿੰਦਾ ਉਦੋਂ ਬਾਅਦ ਕੌਨਸ਼ੀਅਸਲੀ ਮੈਂ ਕੀ ਕੀਤਾ ਕਹਿੰਦਾ ਮੈਂ ਜਿਹੜੇ 10 ਲੀਡਰ ਸੀਗੇ ਮੇਰੀ ਆਪਦੀ ਫੀਲਡ ਦੇ ਕਹਿੰਦਾ ਮੈਂ ਉਹਨਾਂ ਨੂੰ ਖੱਤ ਲਿਖੇ ਕਹਿੰਦਾ ਮੈਂ ਕਿਹਾ ਮੈਂ ਤੁਹਾਨੂੰ$100 ਦਊਂਗਾ ਮੈਂ ਤੁਹਾਡਾ ਅੱਧਾ ਘੰਟਾ ਲੈਣਾ ਚਾਹੁੰਦਾ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਦੈਟ ਹਾਓ ਆਰ ਯੂ ਡੀਲਿੰਗ ਵਿਦ ਦੀ ਸਿਚੁਏਸ਼ਨਸ ਤੇ ਕਹਿੰਦਾ ਫਿਰ ਉਹਨਾਂ 'ਚੋਂ ਜਿਹੜੇ ਬੰਦਿਆਂ ਨੇ ਮੈਨੂੰ ਯੈਸ ਕੀਤੀ ਜਿਨ੍ਹਾਂ ਨਾਲ ਮੈਂ ਗੱਲਬਾਤ ਕੀਤੀ ਕਹਿੰਦਾ ਫਿਰ ਮੈਂ ਅਤੇ ਮੇਰੀ ਵਾਈਫ ਨੇ ਅਗਲੇ ਸਾਲ ਦੀ ਵਕੇਸ਼ਨ ਵੀ ਉਹਨਾਂ ਟਾਊਨਾਂ ਦੇ ਵਿੱਚ ਰੱਖੀ ਬਈ ਜਿਹੜਿਆਂ ਨੇ ਮੈਨੂੰ ਪਹਿਲਾਂ ਹਾਂ ਕੀਤੀ ਜਿਨ੍ਹਾਂ ਨੂੰ ਮੈਂ ਮਿਲ ਚੁੱਕਿਆ ਸੀ ਵੀ ਤਾਂ ਜੋ ਮੈਂ ਉਹਨਾਂ ਨੂੰ ਦੁਬਾਰਾ ਮਿਲ ਸਕਾਂ ਵੀ ਮੈਂ ਉਹਨਾਂ ਤੋਂ ਕੁਛ ਨਾ ਕੁਛ ਸਿੱਖ ਸਕਾਂ ਤੇ ਕਹਿੰਦਾ ਇਹ ਸਾਰੀਆਂ ਚੀਜ਼ਾਂ ਪੇ ਆਫ ਹੋ ਗਈਆਂ ਕਿਉਂਕਿ ਜਿਹੜੀ ਨੌਲੇਜ ਮੈਂ ਉਹਨਾਂ ਤੋਂ ਸਿੱਖੀ ਉਹ ਮੈਂ ਕਿਤਾਬਾਂ 'ਚੋਂ ਨਹੀਂ ਸਿੱਖ ਸਕਦਾ ਸੀ ਕਿਉਂਕਿ ਬਹੁਤ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਐਕਸਪੀਰੀਅੰਸ ਨਾਲ ਸਿੱਖਦੇ ਹੋ ਜਾਂ ਕੋਈ ਹੋਰ ਬੰਦਾ ਤੁਹਾਨੂੰ ਦੱਸਦਾ ਤੁਸੀਂ ਸਿੱਖ ਸਕਦੇ ਹੋ ਹੁਣ ਐਵੇਂ ਤਾਂ ਨਹੀਂ ਆਪਾਂ ਕਹਿੰਦੇ ਵੀ ਬਜ਼ੁਰਗਾਂ ਦੀਆਂ ਗੱਲਾਂ ਸੁਣ ਲੈਣੀਆਂ ਚਾਹੀਦੀਆਂ ਕਿਉਂਕਿ ਉਹ ਤੁਹਾਨੂੰ ਬਹੁਤ ਗੱਲਾਂ ਐਕਸਪੀਰੀਅੰਸ ਤੋਂ ਕਹਿੰਦੇ ਨੇ ਰੈਦਰ ਦੈਨ ਯੂ ਟਰਾਈ ਸਮਥਿੰਗ ਦੈਨ ਯੂ ਗੈਟ ਫੇਲਡ ਐਂਡ ਗੈਟ ਟੂ ਨੋ ਦੀ ਥਿੰਗਸ ਇਟਸ ਗੁੱਡ ਇਫ ਯੂ ਆਸਕ ਸਮਬਡੀ ਹੂ ਇਜ਼ ਆਲਰੇਡੀ ਐਕਸਪਰਟ ਇਨ ਦੈਟ ਫੀਲਡ ਸੋ ਇਹ ਹਮੇਸ਼ਾ ਚੰਗਾ ਹੁੰਦਾ ਵੀ ਤੁਸੀਂ ਕਿਸੇ ਆਪਣੇ ਤੋਂ ਵੱਡੇ ਦੀ ਸਲਾਹ ਲੈ ਲਓ ਜਿਹੜਾ ਸੇਮ ਫੀਲਡ ਦੇ ਵਿੱਚ ਕੰਮ ਕਰ ਰਿਹਾ ਤੇ ਤੀਜਾ ਫੇਸ ਹੈਗਾ ਵਾ ਗਰੋ ਐਂਡ ਨੋ ਐਂਡ ਇਟ ਸਟਾਰਟ ਟੂ ਸ਼ੋ ਵੀ ਤੁਸੀਂ ਗਰੋ ਕਰੋ ਜਾਣੋ ਸਿੱਖੋ ਤੇ ਜਾਣੋ ਤੈਨੂੰ ਸਾਰਾ ਕੁਛ ਆਪ ਹੀ ਦਿਖਣ ਲੱਗ ਜੂਗਾ ਕਹਿੰਦਾ ਜਦੋਂ ਤੁਸੀਂ ਜਾਣ ਲੈਂਦੇ ਹੋ ਵੀ ਮੇਰੇ 'ਚ ਆਹ ਚੀਜ਼ਾਂ ਦੀ ਕਮੀ ਹੈ ਆਪਦੀ ਤੁਸੀਂ ਉਹ ਚੀਜ਼ਾਂ ਐਡ ਕਰ ਲੈਂਦੇ ਹੋ ਵੀ ਮੈਂ ਆਹ ਚੀਜ਼ਾਂ ਸੈੱਟ ਕਰਨੀਆਂ ਨੇ ਤਾਂ ਤੁਸੀਂ ਦੇਖਦੇ ਹੋ ਵੀ ਬੜੀਆਂ ਐਕਸਾਈਟਿੰਗ ਚੀਜ਼ਾਂ ਆਪੇ ਹੀ ਹੋਣ ਲੱਗ ਜਾਂਦੀਆਂ ਨੇ ਅਤੇ ਔਥਰ ਕਹਿੰਦਾ ਵੀ ਬੜੇ ਟਾਈਮ ਦੀ ਗੱਲ ਆ ਮੈਂ ਇੱਕ ਵਾਰੀ ਕਾਲਜ ਦੇ ਵਿੱਚ ਸੈਮੀਨਾਰ ਦੇ ਰਿਹਾ ਸੀਗਾ ਅਤੇ ਕਹਿੰਦਾ ਮੈਂ ਦੇਖ ਰਿਹਾ ਸੀ ਇੱਕ ਬੱਚਾ ਸੀਗਾ ਉਹਦਾ ਨਾਮ ਸੀਗਾ ਬ੍ਰਾਇਨ ਅਤੇ ਉਹ ਬੜਾ ਜਾਣੀ ਉਹ ਸਿੱਖਣ ਨੂੰ ਬਹੁਤ ਕਾਲਾ ਸੀਗਾ ਵੀ ਮੈਂ ਕੁਛ ਵੀ ਕਹਿੰਦਾ ਉਹ ਜਦੀ ਲਿਖਦਾ ਵੀ ਜਾਣੀ ਉਹ ਪੁਆਇੰਟ ਆਊਟ ਹੋ ਰਿਹਾ ਸੀ ਬਾਕੀ ਸਾਰੇ ਆਡੀਟੋਰੀਅਮ ਦੇ ਵਿੱਚ ਵੀ ਇਹ ਬੰਦਾ ਸਿੱਖਣ ਨੂੰ ਬਹੁਤ ਕਾਲਾ ਇਹਦੇ 'ਚ ਭੁੱਖ ਬੜੀ ਆ ਕਹਿੰਦਾ ਮੈਂ ਉਸਨੂੰ ਕਹਿਣਾ ਚਾਹੁੰਦਾ ਸੀ ਕੰਪਲੀਮੈਂਟ ਕਰਨਾ ਚਾਹੁੰਦਾ ਸੀ ਕਹਿੰਦਾ ਮੈਂ ਉਸ ਬੰਦੇ ਨੂੰ ਖੜਾ ਕੀਤਾ ਬੱਚੇ ਨੂੰ ਕਹਿੰਦਾ ਮੈਂ ਕਿਹਾ ਵੀ ਮੈਨੂੰ ਚੰਗਾ ਲੱਗਿਆ ਵੀ ਤੇਰੇ 'ਚ ਇੰਨੀ ਭੁੱਖ ਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਤੂੰ ਨੋਟ ਕਰ ਲਾ ਵੀ ਅੱਜ ਤੋਂ 20 ਸਾਲਾਂ ਨੂੰ ਤੂੰ ਬਹੁਤ ਤਕੜਾ ਲੀਡਰ ਹੋਏਗਾ ਕਹਿੰਦਾ ਕਿਉਂਕਿ ਉਦੋਂ ਉਹ ਸਿਰਫ ਮੇਰੇ ਹਿਸਾਬ ਦੇ ਨਾਲ 13-14 ਸਾਲਾਂ ਦਾ ਸੀਗਾ ਅਤੇ ਅੱਜ ਤੋਂ 20 ਸਾਲਾਂ ਨੂੰ ਮੈਂ ਕਿਹਾ ਤੂੰ 35-36 ਸਾਲ ਦਾ ਹੋਏਗਾ ਅਤੇ ਯੂ ਗਨਾ ਵੀ ਆ ਗ੍ਰੇਟ ਲੀਡਰ ਕਹਿੰਦਾ ਮੈਂ ਕਿਹਾ ਵੀ ਜੇ ਤੂੰ ਇਸੇ ਤਰ੍ਹਾਂ ਸਿੱਖਦਾ ਰਿਹਾ ਅੱਜ ਤੋਂ 5 ਸਾਲਾਂ ਨੂੰ ਤੂੰ ਆਪਦੇ 'ਚ ਚੇਂਜ ਦੇਖੇਗਾ ਆਈ ਵਿਲ ਸੀ ਵੀ ਕਿੱਦਾਂ ਤੇਰਾ ਆਲਾ ਦੁਆਲਾ ਚੇਂਜ ਹੋ ਗਿਆ ਵੀ ਅੱਜ ਤੋਂ 10 ਸਾਲਾਂ ਨੂੰ ਲੋਕ ਤੇਰੇ ਤੋਂ ਸਲਾਹ ਮੰਗਣ ਲੱਗਣਗੇ ਬਈ ਸਾਨੂੰ ਦੱਸ ਤੂੰ ਕਿਵੇਂ ਕਰ ਰਿਹਾ ਵੀ ਬਸ ਸਿੱਖਣਾ ਨਾ ਛੱਡੀ ਤੇਰੇ 'ਚ ਬਹੁਤ ਭੁੱਖ ਹੈ ਐਂਡ ਵਨ ਡੇ ਯੂ ਵਿਲ ਸੀ ਵੀ ਤੂੰ ਇੰਨੀ ਕਿਉਂਕਿ ਤੂੰ ਛੇਤੀ ਸਿੱਖਣਾ ਸਟਾਰਟ ਕਰ ਲਿਆ ਅਤੇ ਤੂੰ ਬਹੁਤ ਅਰਲੀ ਇੱਕ ਬਹੁਤ ਤਕੜਾ ਲੀਡਰ ਬਣ ਜਾਏਗਾ ਅਤੇ ਕਹਿੰਦਾ ਮੈਂ ਉਸ ਬੱਚੇ ਨੂੰ ਕਿਹਾ ਬਈ ਇਹ ਇੱਕੋ ਦਿਨ 'ਚ ਨਹੀਂ ਹੋਣਾ ਪਰ ਤੈਨੂੰ 20 ਸਾਲ ਲੱਗਣੇ ਨੇ ਤੂੰ ਕਦੇ ਵੀ ਆਪਦਾ ਸਿੱਖਣਾ ਨਾ ਛੱਡੀ ਬਈ ਇਫ ਯੂ ਬਣਾ ਵੀ ਅ ਗ੍ਰੇਟ ਲੀਡਰ ਦੈਨ ਸਟਾਰਟ ਪੇਇੰਗ ਦੀ ਪ੍ਰਾਈਜ਼ ਨਾਓ ਅਤੇ ਉਹੀ ਗੱਲ ਆ ਵੀ ਜੇ ਤੁਸੀਂ ਸਿੱਖ ਹੀ ਇੰਨਾ ਲਓ ਵੀ ਤੁਸੀਂ ਹਮੇਸ਼ਾ ਰੈਡੀ ਰਹੋ ਹੁਣ ਜਿਵੇਂ ਸਾਰਿਆਂ ਨੇ ਵੀਡੀਓ ਦੇਖੀਆਂ ਹੋਣੀਆਂ ਨੇ ਅਮੈਰੀਕਾ ਦੇ ਵਿੱਚ ਇੱਕ ਇੰਡੀਅਨ ਬੰਦਾ ਉਹ ਪ੍ਰੈਜ਼ੀਡੈਂਟ ਦੇ ਲਈ ਇਲੈਕਸ਼ਨ ਦੇ ਵਿੱਚ ਖੜਾ ਹੋਇਆ ਉਸ ਬੰਦੇ 'ਚ ਕਿੰਨਾ ਕੌਨਫੀਡੈਂਸ ਆ ਉਹਦੀ ਜੇ ਤੁਸੀਂ ਕੋਈ ਵੀਡੀਓ ਦੇਖੋਗੇ ਨਾ ਅਤੇ ਤੁਸੀਂ ਉਹ ਤੋਂ ਇਨਫਲੂਐਂਸ ਹੋ ਜਾਓਗੇ ਪਰ ਉਹਨੇ ਅੱਜ ਨਹੀਂ ਇਹ ਸਟਾਰਟ ਕੀਤਾ ਉਹਦੀ ਅੱਜ ਤੋਂ 2003 ਦੀ ਵੀਡੀਓ ਆ ਜਦੋਂ ਉਹ ਸਕੂਲ ਦੇ ਵਿੱਚੋਂ ਗ੍ਰੈਜੂਏਟ ਹੋਇਆ ਸੀਗਾ ਅਤੇ ਜੇ ਤੁਸੀਂ ਉਹ ਵੀਡੀਓ ਦੇਖੋਗੇ ਦੈਨ ਯੂ ਵਿਲ ਬੀ ਅਮੇਜ਼ਡ ਉਹ ਉਦੋਂ ਹੀ ਲੱਗਦਾ ਵੀ ਉਹਨੇ ਲੀਡਰ ਹੀ ਬਣਨਾ ਵੀ ਉਹ 'ਚ ਸ਼ੁਰੂ ਤੋਂ ਹੀ ਇੰਨੀਆਂ ਕੁਆਲਿਟੀਜ਼ ਨੇ ਵੀ ਉਹ ਕਦੋਂ ਦਾ ਸਿੱਖਣ ਲੱਗਿਆ ਹੋਣਾ ਵੀ ਇਟਸ ਨੋਟ ਵੀ ਉਹਨੇ ਹੁਣ ਫਾਰਮ ਵੀ ਹੁਣ ਉਹਨੇ ਪ੍ਰੈਜੀਡੈਂਟ ਬਣਨਾ ਤਾਂ ਉਹਨੇ ਸਾਰਾ ਕੁਛ ਸਿੱਖ ਲਿਆ ਨਾ ਉਹਦੀ ਸਪੀਚ ਤੋਂ ਪਤਾ ਲੱਗਦਾ ਉਹਦੀ ਗੱਲਬਾਤ ਤੋਂ ਪਤਾ ਲੱਗਦਾ ਵੀ ਜਿੱਦਾਂ ਉਹ ਆਨਸਰ ਦਿੰਦਾ ਹਰੇਕ ਚੀਜ਼ ਦਾ ਵੀ ਉਹ ਬਹੁਤ ਅਰਲੀ ਉਹਨੇ ਸਟਾਰਟ ਕਰ ਲਿਆ ਸੀਗਾ ਅਤੇ ਉਹ ਚੀਜ਼ਾਂ ਆਪੇ ਦਿਸਣ ਲੱਗ ਜਾਂਦੀਆਂ ਨੇ ਬਾਏ ਦੀ ਟਾਈਮ ਵੀ ਕੰਪਾਊਂਡਿੰਗ ਵਰਕ ਕਰਦੀ ਆ ਵੀ ਜਦੋਂ ਆਪਾਂ ਹੋਰ ਸਾਰੇ ਪਾਸੇ ਇਨਵੈਸਟ ਕਰਦੇ ਹਾਂ ਦੈਨ ਵਾਈ ਨੋਟ ਸਟਾਰਟ ਇਨਵੈਸਟਿੰਗ ਇਨ ਯੂਰਸੈਲਫ ਐਜ਼ ਵੈਲ ਅਤੇ ਚੌਥਾ ਫੇਸ ਹੁੰਦਾ ਵਾ
सिंपली गो बिकॉज ऑफ वट आई नो। कहते तीजे फेज़ च होंगे प्रिटी इफेक्टिव होंगे एज अ लीडर, तुम कुछ भी कर सकते हो, तुम थोड़ा इनफ्लुएंस तकड़ा हो जाता है, पर थोनों बहुत सोच समझ के देखना पैंता भी मैं की गल कह, तो जोड़ा थोड़ा हरेक मूव वाइजली लेना पैंता, क्योंकि बहुत लोग ने जो थोड़ा फॉलो करने, क्योंकि थोड़ा डाउनफॉल भी हो सकता जो तुम इन्ना उपर आके चीज़ा वाइजली नहीं करोगे, मूव आपके वाइजली नहीं रखोगे, दैन यू विल गैट डाउन। सो थोनों बहुत सोच समझ के फैसले लेने पैदे आ, तो इस फेज़ के जोड़ा सारा प्राइज आ पे ऑफ हो जाता बिकॉज यू ऑलरेडी रीच द पॉइंट ऑफ सक्सैस। कहते जे तुम कल लीड करना ना तो थोड़ा अज सीखना पेगा। इदा ही जो इंग्लिश प्राइम मिनिस्टर आ बेंजामिन, जिसे आप पहला भी गल की, उन्हें एक गल कही सी, कहिंदा अ मैन शुड बी रेडी फॉर हिज टाइम वैन एवर इट कम्स। भी तुसीं हमेशा तैयार रहने चाहिए, इट्स नॉट लाइक भाई थोनों पता लग गया भी हुण आ चीज़ आ रही है, भी जदों तो थोनों समझ आए, जदों तो तुसीं कॉन्शियसली सोच सकते हो, दैन यू स्टार्ट डूइंग सम वर्क ऑन योर सैल्फ। कहिंदा जदों एक बंदा डिसिप्लिनड ते कंसिस्टेंसी दे नाल कोई चीज़ करता है तो बाय द टाइम वह चीज़ इन्नी क निखर जाती है कि उसका कोई मुकाबला ही नहीं है। आई बास्केटबॉल का एक प्लेयर सीगा लैरी अमेरिका का, बड़ा मशहूर प्लेयर सी, उन्हों सारे लोगों ने मैच दे विच देखिया, पर जदों वो छोटा हुंदा सीगा बहुत अर्ली एज तो उस स्कूल जाने तो पहला 500 शॉट मारता हुंदा सीगा। इदां ही एक ग्रीस का बंदा सीगा, वह बहुत वड्डा आर्टिस्ट बनया सीगा, वह आवाज़ा कढ लैंदा सीगा, जिवें समुंदर की आवाज़ कढ़ती जां कोई होर पंछी की आवाज़ कढ़ती, वह इन्ना कामयाब इस तरह हो गया क्योंकि वह समुंदर किनारे खड़ा भी जानी रिपीट करी जाता हुंदा सी हर रोज़। तो होर एक एक वड्डी गल सी कि वह जदों पैदा होया सी उहनूं शुरू तो बोलण दे विच मुश्किल आउंदी सी, ते बोलण दे विच मुश्किल आउण तो लैके एक वॉइस ओवर वाला आर्टिस्ट बनना, भी इस लैवल की डेडिकेशन चाहिए आ थोड़े विच भी जे तुसीं सच्ची लीडर बनना चाहुंदे हो। तो इहदे च चंगी खबर यह होंदी आ भी इह कोई स्टैटिक नहीं हैगी, भी खड़ी नहीं हुई, तुसीं ऑलवेज़ सीखते रहने हो, डजंट मैटर भी तुसीं कॉन्शियसली सीखते हो कि नहीं सीख रहे, पर यह चली जाता, बट इट्स बैटर जदों तुसीं कॉन्शियसली डिसीजन लैंदे हो भी मैं ये चीज़ नूं हुण सीखना आ, तो तुसीं इहनूं बाय द टाइम निखार सकदे हो। तो हुण इदों अगली गल इहदे नाल जुड़दी आ, फाइटिंग योर वे अप। कहिंदे जिहड़े चैंपियनस हुंदे आ ना उह रिंग दे विच सिर्फ पछाणे जांदे ने, पर उह रिंग दे विच चैंपियन नहीं बणदे, चैंपियन उह बणदे ने डिसिप्लिन दे नाल शुरू तों। जदों उहनां नूं पता हुंदा वी मैं हुण इक दिन उत्थे लड़ूंगा, उत्थे सिर्फ उहनां नूं पछाण मिल जांदी है इन एनी फील्ड, भी कल्ला मैं चैंपियनस इन एनी फील्ड, चाहे वह क्रिकेट होवे, भी सिर्फ उस पर्टिकुलर मैच दे विच उहनां नूं पछाण मिलदी आ, पर उह बणे उत्थे नहीं हैगे, बणे उह ने आपदे पहलां अंदर बणे ने, उह वी असीं आह चीज़ करनी, उहनां ने पहलां मन नूं हराया, फिर उन्होंने उन्नी मेहनत की, कंसिस्टेंसी दिखाई, हार्डवर्क किया, दैन दे गॉट द नेम। अगली आप गल करनी है यूएस का प्रेजिडेंट सीगा एक थियो रोजवेल्ट, तो उन्हें बॉक्सिंग, वो खुद बॉक्सिंग प्रेजिडेंट भी रहा, तो उन्हें बोदा बड़ा एक फेमस कोट सीगा बॉक्सिंग नू लैके, कहिंदा जिहड़ा बंदा थले खड़ा भी रिंग दे विच नहीं हैगा, थले खड़ा दस रहा भी तू इत्थे गलत सी, इत्थे तेरे गलत घसुन पै गया, इत्थे तू ऐ कर लेना सी, कहिंदा वह कुछ भी कही जावे पर वह कदे उस बंदे की जगह नहीं लै सकदा जिहड़ा बंदा एक्चुअल दे विच उस रिंग दे विच खड़ा, जिहदे उन्ने मुक्के पए, जिहड़ा फिर भी उठ के दुबारे खड़ा होया, जिहदे खून भी निकलिया, पसीना भी आया, पर उहने गिव अप नहीं कीता अंटिल दी एंड, भी वह लड़िया, उहनूं पता सी मैं जितना, भी जिहड़ा बंदा उस रिंग दे विच उन्ना टाइम सरवाइव कीता उहदी जर्नी उही बंदा जानदा। तो वह कहिंदा सी भी इहनूं रिलेट करो आपदी लाइफ दे विच, भी कल्ली बॉक्सिंग दे विच नहीं, जे तुसीं आपदी पर्सनल लाइफ दे विच भी थोनूं बड़े लोग इदां दीआं सलाहां दिंदे ने, भी इट्स नॉट अबाउट दैम, दी क्रेडिट एक्चुअली गोज़ टू दी मैन हू इज़ इन दी अरीना एंड हैविंग अ फाइट विद देयर अपोनेंट्स। सो डजंट मैटर की कह रहे ने लोग जां कुछ भी चल रहा, बट थोनूं पता होना चाहिए भी तुसीं इस फाइट नूं जितना आ, तुसीं उस अपोनेंट नूं जां उस सिचुएशन नूं हरा देना। कहिंदे प्रेजिडेंट आप एक बॉक्सर रहा सी, ते जिन्नी तरक्की अमेरिका ने इस बंदे दे वेले कीती आ उन्नी उदू बाद नहीं कीती। कहिंदे लिंकन तो बाद कोई सब तो वध काबल आदमी सीगा, ते मोस्ट बुकिश सिंस जॉन क्विंसी एडम्स, भी जिहड़े तीन बड़े तकड़े प्रेजिडेंट मने जांदे आ अमेरिका दे, भी इह तिन्नां तो बाद कोई इन्ना वर्गा बंदा सी जिहदे समें च अमेरिका ने बहुत तरक्की कीती। ते टी आर इस बंदे दा निकनेम सीगा, इह सब तो जानी भी हैल्थ दे मामले च ला लो, दिमाग दे मामले च ला लो, बड़ा तगड़ा बंदा सी, बड़ी हाइकिंग कर ਸੀਗਾ, ਸਾਈਕਲ ਬਹੁਤ ਚਲਾਉਂਦਾ ਸੀਗਾ, ਵੀ ਯਾਨੀ ਤੁਸੀਂ ਇਹਨੂੰ ਇੱਦਾਂ ਦਾ ਡਿਸਿਪਲਨ ਸੀਗਾ ਇਹਦਾ, ਵੀ ਮੈਂਟਲੀ ਬੰਦਾ ਬਹੁਤ ਸਟਰੋਂਗ ਸੀ, ਕਿਹੜਾ ਇਹ ਐਜ਼ ਅ ਪ੍ਰੈਜ਼ੀਡੈਂਟ ਲੰਘ ਰਿਹਾ ਸੀ, ਯਾਨੀ ਹਾਈਕ ਕਰ ਰਹੇ ਸੀ, ਇਹਦੇ ਨਾਲ ਹੋਰ ਗਾਰਡ ਗੂਡ ਵੀ ਸੀਗੇ, ਅਤੇ
ਵਿੱਚ ਰਾਹ ਦੇ ਵਿੱਚ ਇੱਕ ਰਿਵਰ ਆ ਗਈ ਅਤੇ ਸਾਰੇ ਦੇਖਣ ਲੱਗੇ ਵੀ ਹੁਣ ਰਿਵਰ ਨੂੰ ਕਿੱਦਾਂ ਪਾਰ ਕਰਾਂਗੇ। ਇਹਨੇ ਆਪਦੇ ਕੱਪੜੇ ਲਾਏ ਅਤੇ ਤੈਰ ਕੇ ਹੋ ਗਿਆ, ਨਾਲ ਹੀ ਮਗਰ ਦੂਜੇ ਲੋਕ ਹੋ ਗਏ। ਵੀ ਇਸ ਤਰ੍ਹਾਂ ਦਾ ਇਹਦਾ ਮਾਇੰਡਸੈੱਟ ਸੀਗਾ ਵੀ ਕੋਈ ਵੀ ਓਬਸਟੈਕਲ ਹੋਵੇ ਇਹਨੂੰ ਰੋਕ ਨਹੀਂ ਸਕਦੀ ਸੀਗੀ। ਇੱਦਾਂ ਦਾ ਮਾਇੰਡਸੈੱਟ ਹੋਣਾ ਚਾਹੀਦਾ ਤੁਹਾਡਾ ਜ਼ਿੰਦਗੀ ਦੇ ਵਿੱਚ ਹਰ ਇੱਕ ਸਿਚੁਏਸ਼ਨ ਨੂੰ ਲੈ ਕੇ। ਅਸੀਂ ਸੰਨ 1900 ਦੇ ਵਿੱਚ ਇਹ ਵਾਈਸ ਪ੍ਰੈਜੀਡੈਂਟ ਦੇ ਲਈ ਜਦੋਂ ਇਲੈਕਸ਼ਨ ਲੜ ਰਿਹਾ ਸੀ, ਇਹਨੇ 20,000 ਮੀਲ ਹੈ ਜਿਹੜਾ ਟਰੈਵਲ ਕੀਤਾ। ਹਰੇਕ ਲੋਕ ਹਰੇਕ ਬੰਦੇ ਨੂੰ ਇਹਨੇ ਐਡਰੈਸ ਕੀਤਾ ਅਤੇ ਉਸ ਟਾਈਮ ਇਹਦੇ ਨਾ ਚੈਸਟ ਦੇ ਵਿੱਚ ਗੋਲੀ ਲੱਗੀ, ਜਾਣੀ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇੱਕ ਵਾਰੀ ਇਹ ਮਿਲਵਾਕੀ ਦੇ ਵਿੱਚ ਉਦੋਂ ਸਪੀਚ ਦੇ ਰਿਹਾ ਸੀ ਅਤੇ ਜਦੋਂ ਇਹ ਗੋਲੀ ਲੱਗੀ, ਕਹਿੰਦੇ ਉਦੋਂ ਬਾਅਦ ਵੀ ਇਹਨੇ ਇਨਸਿਸਟ ਕੀਤਾ ਕਿ ਘੱਟੋ ਘੱਟ ਮੈਨੂੰ ਘੰਟੇ ਲਈ ਤੁਸੀਂ ਸਪੀਚ ਦੇਣ ਦਿਓ। ਵੀ ਹੁਣ ਦੇਖੋ ਤੁਸੀਂ ਬੰਦੇ ਦਾ ਮਾਇੰਡ ਸੈੱਟ ਕਿੱਦਾਂ ਦਾ ਹੋਊਗਾ। ਵੀ ਗੋਲੀ ਲੱਗਣ ਤੋਂ ਬਾਅਦ ਵੀ ਕਹਿ ਰਿਹਾ ਮੈਨੂੰ ਇੱਕ ਘੰਟੇ ਲਈ ਬਸ ਸਪੀਚ ਦੇਣ ਦਿਓ, ਵੀ ਹੁਣ ਮੈਂ ਇੱਥੇ ਆਇਆ ਵੀ ਹਾਂ। ਹੁਣ ਇਹ ਬੰਦੇ ਨੇ ਸ਼ੁਰੂ ਕਿੱਥੋਂ ਕੀਤਾ? ਵੀ ਜਦੋਂ ਹੁਣ ਆਪਾਂ ਇਹਦੀ ਸ਼ੁਰੂਆਤ ਦੀ ਗੱਲ ਕਰਾਂਗੇ ਤਾਂ ਤੁਸੀਂ ਵੀ ਹੈਰਾਨ ਹੋਵੋਗੇ ਸੁਣ ਕੇ। ਕਹਿੰਦੇ ਇਹ ਵੈਸੇ ਤਾਂ ਬੜੇ ਅਮੀਰ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀਗਾ, ਪਰ ਇਹਨੇ ਬਹੁਤ ਸਟਾਰਟ ਆ ਜਿਹੜਾ ਆਪਦਾ ਸਲੋ ਕੀਤਾ ਅਤੇ ਇਹ ਬੜਾ ਸਕਿਨੀ ਜਿਹਾ ਪਤਲਾ ਜਿਹਾ ਮੁੰਡਾ ਹੁੰਦਾ ਸੀਗਾ। ਵੀ ਇਹਦੇ ਘਰਦਿਆਂ ਨੂੰ ਲੱਗਦਾ ਸੀਗਾ ਵੀ ਇਹ ਜਿਉਂ ਨਹੀਂ ਪਾਊਗਾ, ਪਰ ਦੇਖੋ ਹੁਣ ਅੱਜ ਦੇ ਟਾਈਮ ਇਹ ਬੋਕਸਰ ਬਣ ਗਿਆ ਸੀ। ਅਤੇ ਪਰ ਇਹਦੇ ਘਰਦਿਆਂ ਨੂੰ ਉਦੋਂ ਐਂ ਲੱਗਦਾ ਸੀਗਾ ਵੀ ਇਹ 2-4 ਮਹੀਨਿਆਂ ਦਾ ਮਹਿਮਾਨ ਆ, ਕਿਉਂਕਿ ਬਹੁਤ ਪਤਲਾ ਸੀਗਾ। ਉੱਦਾਂ ਵੀ ਜਿਵੇਂ ਛੋਟੀ ਜਿਹੀ ਬਿਮਾਰੀ ਤੋਂ ਇਹਨੇ ਬਿਮਾਰ ਹੋ ਜਾਣਾ, ਆਈਸਾਈਟ ਬਹੁਤ ਪੂਅਰ ਸੀਗੀ। ਜਦੋਂ ਇਹ 12 ਸਾਲਾਂ ਦਾ ਸੀ ਤਾਂ ਇਹਦੇ ਪਿਤਾ ਨੇ ਇਹਨੂੰ ਇੱਕ ਗੱਲ ਕਹੀ, ਕਹਿੰਦਾ ਤੇਰੇ ਕੋਲ ਗ੍ਰੇਟ ਮਾਇੰਡ ਆ ਪਰ ਬੋਡੀ ਨਹੀਂ ਹੈਗੀ, ਕਹਿੰਦਾ ਬੋਡੀ ਨੂੰ ਆਪਦੀ ਨੂੰ ਟ੍ਰੇਨ ਕਰ ਉਸ ਹਿਸਾਬ ਦੇ ਨਾਲ, ਕਹਿੰਦਾ ਕਿਉਂਕਿ ਵਿਦਾਊਟ ਬੋਡੀ ਇਕੱਲੇ ਦਿਮਾਗ ਨਾਲ ਤੂੰ ਉਨੀ ਦੂਰ ਨਹੀਂ ਜਾ ਸਕਦਾ ਜਿੰਨਾ ਤੇਰੇ ਦੇ ਵਿੱਚ ਪੋਟੈਂਸ਼ੀਅਲ ਆ। ਵੀ ਉਹਦੇ ਜਦੋਂ ਪਿਤਾ ਨੇ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਪਾਤੀ ਤਾਂ ਉਹ ਤੁਰੰਤ ਸਮਝ ਗਿਆ ਵੀ ਉਹ ਬਿਲਕੁਲ ਸਹੀ ਕਹਿ ਰਹੇ ਨੇ, ਅਤੇ ਉਦੋਂ ਉਹਨੇ ਲਾਅ ਆਫ ਪ੍ਰੋਸੈਸ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਅਤੇ ਉਹਨੇ ਸਿੱਖ ਲਿਆ ਵੀ ਮੈਂ ਰੋਜ਼ ਆਪਦੇ ਆਪ ਨੂੰ ਥੋੜ੍ਹਾ ਥੋੜ੍ਹਾ ਬਿਹਤਰ ਕਰੀ ਜਾਣਾ ਅਤੇ ਮੈਂ ਇੱਕ ਦਿਨ ਉੱਚਾ ਪਹੁੰਚਣਾ ਹੀ ਪਹੁੰਚਣਾ। ਅਤੇ ਟੀਆਰ ਦੱਸਦਾ ਵੀ ਮੈਂ ਹਰ ਰੋਜ਼ ਆਪਦੇ 'ਤੇ ਫਿਰ ਕੰਮ ਕਰਨ ਲੱਗ ਗਿਆ, ਵੀ ਜਿਹੜੀਆਂ ਚੀਜ਼ਾਂ ਤੋਂ ਮੈਨੂੰ ਡਰ ਲੱਗਦਾ ਸੀਗਾ ਮੈਂ ਉਹ ਚੀਜ਼ਾਂ ਹੋਰ ਮੂਹਰੇ ਹੋ ਕੇ ਕੀਤੀਆਂ। ਜਿਹੜੇ ਲੋਕਾਂ ਨੂੰ ਮੈਂ ਐਡਮਾਇਰ ਕਰਦਾ ਸੀ, ਜਿਹਨਾਂ ਤੋਂ ਮੈਂ ਇੰਸਪਾਇਰ ਹੁੰਦਾ ਸੀ, ਮੈਂ ਉਹਨਾਂ ਬਾਰੇ ਪੜ੍ਹਿਆ, ਮੈਂ ਆਪਦੇ ਫਾਦਰ ਤੋਂ ਹੋਰ ਗੱਲਾਂ ਸਿੱਖੀਆਂ ਅਤੇ ਵੀ ਮੈਂ ਜਾਣੀ ਹਰ ਰੋਜ਼ ਜਦੋਂ ਕੰਮ ਕਰਦਾ ਗਿਆ ਅਤੇ ਮੈਂ ਤਾਂ ਉਸ ਪੋਜੀਸ਼ਨ 'ਤੇ ਪਹੁੰਚ ਪਾਇਆ। ਅਤੇ ਉਹ ਜਦੋਂ ਹਾਰਵਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਉਦੋਂ ਉਹ ਬਿਲਕੁਲ ਤਿਆਰ ਸੀਗਾ ਪੋਲੀਟਿਕਸ ਦੇ ਵਿੱਚ ਅਤੇ ਦੁਨੀਆ ਦੇ ਵਿੱਚ ਆਪਦਾ ਜਿਹੜਾ ਝੰਡਾ ਲਹਿਰਾਉਣ ਦੇ ਲਈ। ਹੁਣ ਗੱਲ ਆ ਗਈ ਵੀ ਓਵਰਨਾਈਟ ਸਕਸੈਸ ਦੀ, ਜਿਵੇਂ ਆਪਾਂ ਸ਼ੁਰੂ 'ਚ ਵੀ ਕੀਤੀ ਸੀਗੀ ਵੀ ਜਿਹੜੀ ਲੀਡਰਸ਼ਿਪ ਆ ਨਾ ਉਹ ਕਦੇ ਵੀ ਓਵਰਨਾਈਟ ਨਹੀਂ ਆਉਂਦੀ, ਤੁਹਾਨੂੰ ਰੋਜ਼ ਡਿਵੈਲਪ ਕਰਨੀ ਪੈਂਦੀ ਆ। ਹੁਣ ਇਹ ਪ੍ਰੈਜ਼ੀਡੈਂਟ US ਦਾ ਆਪਦੇ ਲੇਟ ਸਮੇਂ ਦੇ ਵਿੱਚ ਬਣਿਆ, ਉਦੋਂ ਪਹਿਲਾਂ TR ਦੇ ਕੋਲ ਕਿਹੜੀਆਂ ਕਿਹੜੀਆਂ ਪੋਜੀਸ਼ਨ ਸੀਗੀਆਂ ਉਹਦੇ ਬਾਰੇ ਗੱਲ ਕਰਦੇ ਹਾਂ। ਕਹਿੰਦੇ ਇਹਦਾ ਜਿਹੜਾ ਪ੍ਰੈਜ਼ੀਡੈਂਸੀ ਦਾ ਰੋਡ ਸੀਗਾ ਵਨ ਆਫ ਦੀ ਸਲੋਐਸਟ ਰੋਡ ਸੀਗਾ, ਜੇ ਆਪਾਂ ਹੋਰ ਪ੍ਰੈਜ਼ੀਡੈਂਸ ਦੇ ਕੰਪੇਅਰ ਦੇਖੀਏ ਵੀ ਕਈ ਛੇਤੀ ਵੀ ਬਣ ਗਏ, ਪਰ ਇਹਨੂੰ ਟਾਈਮ ਲੱਗਿਆ। ਪਰ ਇਹ ਪੁਲਿਸ ਦਾ ਕਮਿਸ਼ਨਰ ਰਿਹਾ ਅਤੇ ਹੋਰ ਵੀ ਕਈ ਲੀਡਰਸ਼ਿਪ ਪੋਜੀਸ਼ਨਸ ਦੇ ਉੱਤੇ ਰਿਹਾ, ਅਤੇ ਪਰ ਉਹਨੇ ਕਦੇ ਸਿੱਖਣਾ ਬੰਦ ਨਹੀਂ ਕੀਤਾ। ਉਹ ਹਮੇਸ਼ਾ ਕਹਿੰਦਾ ਰਹਿੰਦਾ ਸੀ ਮੈਂ ਹੋਰ ਆਪਦੇ ਆਪ ਨੂੰ ਬਿਹਤਰ ਕਿਵੇਂ ਕਰ ਸਕਦਾ, ਯਾਨੀ ਲਾਅ ਆਫ ਪ੍ਰੋਸੈਸ ਦੇ ਨਾਲ ਉਹ ਬਿਲਕੁਲ ਪੈਰਲਲ ਆਪਦੀ ਜਿਹੜੀ ਜ਼ਿੰਦਗੀ ਆ ਉਹਨੂੰ ਚਲਾ ਰਿਹਾ ਸੀਗਾ। ਅਤੇ ਇਹਨੇ ਐਜ਼ ਅ ਪ੍ਰੈਜ਼ੀਡੈਂਟ ਰੋਜ਼ਵੈਲਟ ਨੇ 1909 ਦੇ ਵਿੱਚ ਆਪਦੀ ਟਰਮ ਜਿਹੜੀ ਕੰਪਲੀਟ ਕੀਤੀ ਅਤੇ ਇਹਦੀ ਟਰਮ ਦੇ ਵਿੱਚ ਕਈ ਮਸਲੇ ਜਿਹੜੇ ਹੱਲ ਹੋਏ, ਜਿਵੇਂ ਉੱਥੇ ਪੈਨਮਾ ਨਹਿਰ ਦਾ ਇੱਕ ਮਸਲਾ ਚਲੀ ਜਾਂਦਾ ਸੀ ਉਹ ਹੱਲ ਹੋਇਆ, ਜਾਂ ਹੋਰ ਵੀ ਜਿੰਨੀਆਂ ਕੁ ਮੇਜਰ ਚੇਂਜਿਸ US ਦੇ ਵਿੱਚ ਆਈਆਂ, ਵੀ US ਇੱਕ ਐਜ਼ ਅ ਵਰਲਡ ਪਾਵਰ ਉਦੋਂ ਇਮਰਜ ਹੋਇਆ ਇਹਦੀ ਦੇਖ ਰੇਖ ਦੇ ਵਿੱਚ, ਵੀ ਜਾਣੀ ਕਈ ਇਹਨੇ ਕੰਮ ਕਰਾਏ। ਅਤੇ ਜਦੋਂ ਇਹਦੀ ਮੌਤ ਹੋਈ ਉਦੋਂ ਰੋਜ਼ਵੈਲਟ ਸੁੱਤਾ ਪਿਆ ਸੀ ਆਪਣੇ ਕਮਰੇ ਦੇ ਵਿੱਚ, ਅਤੇ ਸੁੱਤਾ ਅਤੇ ਅਗਲੇ ਦਿਨ ਦੀ ਸਵੇਰ ਇਹ ਦੇਖ ਨਹੀਂ ਪਾਇਆ। ਅਤੇ ਉਦੋਂ ਜਿਹੜਾ ਵਾਈਸ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ, ਕਹਿੰਦਾ ਮੌਤ ਨੇ ਇਹਨੂੰ ਇਸੇ ਤਰ੍ਹਾਂ ਲੈ ਕੇ ਜਾਣਾ ਸੀ, ਕਹਿੰਦਾ ਕਿਉਂਕਿ ਮਿਸਟਰ TR ਨੂੰ ਮੌਤ ਕਿਸੇ ਹੋਰ ਤਰੀਕੇ ਨਾਲ ਲੈ ਕੇ ਨਹੀਂ ਜਾ ਸਕਦੀ ਸੀ, ਜਿੰਨਾ ਇਹ ਬੰਦਾ ਸਿਰੜੀ ਸੀਗਾ ਵੀ ਮੌਤ ਨੂੰ ਵੀ ਇਹਨੇ ਹਰਾ ਦੇਣਾ ਸੀ, ਵੀ ਇੱਥੇ ਲੜਾਈ ਹੋ ਜਾਣੀ ਸੀਗੀ। ਕਹਿੰਦਾ ਕਿਉਂਕਿ ਮੈਂ ਇਹਨੂੰ ਕਦੇ ਦੇਖਿਆ ਹੀ ਨਹੀਂ ਬੋ ਡਾਊਨ ਹੁੰਦੇ ਨੂੰ, ਵੀ ਹਰੇਕ ਸਿਚੁਏਸ਼ਨ ਦੇ ਮੂਹਰੇ ਹਿੱਕ ਡਾਹ ਕੇ ਖੜ ਜਾਂਦਾ ਸੀ ਅਤੇ ਇਹਨੂੰ ਪਤਾ ਹੁੰਦਾ ਸੀ ਵੀ ਮੈਂ ਹੀ ਜਿੱਤਣਾ। ਅਤੇ ਕਹਿੰਦਾ ਮੈਨੂੰ ਲੱਗਦਾ ਵੀ ਮੌਤ ਕੋਲ ਹੋਰ ਕੋਈ ਤਰੀਕਾ ਨਹੀਂ ਸੀ, ਤਾਂ ਹੀ ਕਹਿੰਦਾ ਇਹਨੂੰ ਸੁੱਤੇ ਪਏ ਨੂੰ ਮੌਤ ਆਈ ਆ, ਵੀ ਉਹਨੂੰ ਵੀ ਪਤਾ ਸੀ ਵੀ ਹੋਰ ਮੇਰੇ ਕੋਲ ਰਸਤਾ ਨਹੀਂ ਹੈਗਾ। ਜਦੋਂ ਦੂਜੇ ਦਿਨ ਡੈੱਡ ਬੋਡੀ ਮਿਸਟਰ TR ਦੀ ਪੁਲਿਸ ਵੱਲੋਂ ਲਿਜਾਈ ਗਈ, ਉਹਨਾਂ ਨੇ ਕੀ ਦੇਖਿਆ ਵੀ ਉਹਦੇ ਬੋਡੀ ਦੇ ਥੱਲੇ ਕਿਤਾਬ ਪਈ ਸੀਗੀ, ਕਿਤਾਬ ਸੀਗੀ ਲੀਡਰਸ਼ਿਪ ਬਾਰੇ। ਹੁਣ ਦੇਖ ਲਓ ਜਿਹੜਾ ਬੰਦਾ ਕਮਿਸ਼ਨਰ ਰਿਹਾ ਹੋਵੇ, ਕਿੰਨੀਆਂ ਹੋਰ US ਪ੍ਰੈਜ਼ੀਡੈਂਟ ਰਿਹਾ ਹੋਵੇ, ਉਹ ਵੀ ਬੰਦਾ ਲੀਡਰਸ਼ਿਪ ਬਾਰੇ ਸਿੱਖ ਰਿਹਾ ਸੀ ਹਜੇ ਵੀ। ਉਹਨੇ ਆਏ ਨਹੀਂ ਕਿਹਾ ਵੀ ਮੈਂ ਸਾਰਾ ਕੁਝ ਸਿੱਖ ਗਿਆ, ਵੀ ਹਜੇ ਵੀ ਉਹ ਪੜ੍ਹ ਰਿਹਾ ਸੀ ਵੀ ਹਾਊ ਕੈਨ ਆਈ ਡੂ ਬੈਟਰ। ਸੋ ਉਹੀ ਗੱਲ ਆ ਵੀ ਲੀਡਰਸ਼ਿਪ ਇੱਕ ਸਕਿੱਲ ਹੈ, ਤੁਸੀਂ ਇਹਨੂੰ ਜਿੰਨਾ ਨਿਖਾਰੋਗੇ ਉਨਾ ਹੀ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਸਹਾਇਤਾ ਕਰੂਗੀ। ਇੱਦਾਂ ਨਹੀਂ ਆ ਵੀ ਤੁਸੀਂ ਪ੍ਰੈਜ਼ੀਡੈਂਟ ਹੀ ਬਣਨਾ, ਹਾਲਾਂਕਿ ਚਾਹੇ ਤੁਸੀਂ ਬਣ ਸਕਦੇ ਹੋ, ਪਰ ਹੋਰ ਵੀ ਬਹੁਤ ਜ਼ਿੰਦਗੀ ਦੇ ਇੱਦਾਂ ਦੇ ਆਸਪੈਕਟਸ ਨੇ ਵੀ ਜਿੱਥੇ ਤੁਹਾਨੂੰ ਇਸ ਕੁਆਲਿਟੀ ਦੀ ਲੋੜ ਹੁੰਦੀ ਆ। ਸੋ ਜਸਟ ਟਰਾਈ ਵੀ ਆਪਦੇ
ਸਮੇਂ 'ਚੋਂ ਥੋੜ੍ਹਾ ਹੀ ਸਮਾਂ ਕੱਢੋ, ਚਾਹੇ ਵੀ ਟਰਾਈ ਟੂ ਬੀ ਬੈਟਰ 1% ਐਵਰੀ ਡੇ, ਤੁਸੀਂ ਦੇਖੋਗੇ ਵੀ ਬਾਏ ਦੀ ਟਾਈਮ ਉਹ ਤੁਹਾਡੀ ਕਿੰਨੀ ਮਦਦ ਕਰੂਗਾ। ਸੋ ਚਲੋ ਜੀ, ਇਹਦੇ ਨਾਲ ਇਹ ਪੋਡਕਾਸਟ ਨੂੰ ਖਤਮ ਕਰਦੇ ਹਾਂ। ਧੰਨਵਾਦ ਵੀ ਤੁਸੀਂ ਇਹ ਸੁਣਿਆ, ਅਤੇ ਮੈਂ ਆਸ ਕਰਦਾ ਵੀ ਤੁਸੀਂ ਇਹਨੂੰ ਆਪਦੀ ਜ਼ਿੰਦਗੀ 'ਚ ਵੀ ਅਪਲਾਈ ਕਰੋਗੇ, ਸੁਣ ਕੇ ਛੱਡੋਗੇ ਨਹੀਂ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ। ਧੰਨਵਾਦ ਜੀ, ਮਿਲਦੇ ਹਾਂ ਅਗਲੀ ਵੀਡੀਓ 'ਚ।